ਸਮ ਸਰੋਤੇ ਜਿਹੜੇ ਸਮੇਂ ਇਸ ਰੇਡੀਓ ਦੇ ਨਾਲ ਜੁੜੇ ਹੋਏ ਨੇ ਆਪ ਸਭ ਨੂੰ ਇਸਤਿਗਬਾਲ ਜੀ ਆਇਆਂ ਨੂੰ ਤੇ ਮੈਂ ਤੁਹਾਡਾ ਆਪਣਾ ਦੋਸਤ ਵਾਰਿਸ ਇਹ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਜੁੜਿਆ ਜੀ ਗੱਲਾਂ ਬਹੁਤ ਸਾਰੀਆਂ ਨੇ ਕਰਨ ਨੂੰ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ ਜਿਹੜੀਆਂ ਸਾਡੇ ਦਿਲਾਂ ਦੇ ਵਿੱਚ ਹਜੇ ਵੀ ਅਸੀਂ ਕਿਤੇ ਨਾ ਕਿਤੇ ਸਾਂਭ ਕੇ ਬੈਠੇ ਆ ਗੱਲਾਂ ਦੀ ਜੇ ਸ਼ੁਰੂਆਤ ਕਰੀਏ ਨਾ ਤੇ ਆਪਣੇ ਪਹਿਲ ਪੁਲਿਠੀ ਜਿੱਥੋਂ ਅਸੀਂ ਜੰਮੇ ਹੋਇਆ ਜਿੱਥੋਂ ਜਿੱਥੋਂ ਅਸੀਂ ਵੱਡੇ ਹੋਏ ਹਾਂ ਗੱਲਾਂ ਉੱਥੋਂ ਦੀਆਂ ਬਹੁਤ ਸਾਰੀਆਂ ਹੁੰਦੀਆਂ ਨੇ ਕਰਨ ਨੂੰ ਸੋ ਪੰਜਾਬੀ ਰੇਡੀਓ ਜਿਹੜਾ ਦੁਬਈ ਹੈ ਇਹ ਤੁਹਾਡੇ ਲਈ ਹਮੇਸ਼ਾ ਤੁਹਾਡੀ ਖਿਦਮਤ ਕਰੇਗਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹੇਗਾ ਤੁਸੀਂ ਸਾਡੇ ਨਾਲ ਸਿਰਫ ਔਰ ਸਿਰਫ ਜੁੜ ਕੇ ਰਹਿਣਾ ਔਰ ਪਹਿਲਾ ਮੈਂ ਗੁਸਤਾਖੀ ਜਿਹੜੀ ਕੀਤੀ ਆ ਉਹਦੇ ਲਈ ਮੁਆਫੀ ਜ਼ਰੂਰ ਚਾਹੁੰਦੇ ਆ ਕਿਉਂਕਿ ਜਿਹੜਾ ਪੰਜਾਬੀ ਰੇਡੀਓ ਦੁਬਈ ਦਾ ਰੇਡੀਓ ਹੈ ਇਹ ਉਹਨਾਂ ਪੰਜਾਬੀਆਂ ਦੇ ਲਈ ਆ ਜਿਹੜੇ ਵੀਰ ਸਾਡੇ ਦੁਬਈ ਦੇ ਵਿੱਚ ਵਸਦੇ ਨੇ ਔਰ ਦੁਬਈ ਦੇ ਵਿੱਚ ਰਹਿ ਕੇ ਸਾਡੇ ਨਾਲ ਜੁੜਨਗੇ ਅਸੀਂ ਉਹਨਾਂ ਦੀਆਂ ਕਹਾਣੀਆਂ ਅਸੀਂ ਉਹਨਾਂ ਦੇ ਸੁਨੇਹੇ ਅਸੀਂ ਉਹਨਾਂ ਦੀ ਜ਼ੁਬਾਨੀ ਉਹਨਾਂ ਦੇ ਪਰਿਵਾਰਾਂ ਤੱਕ ਲੈ ਕੇ ਜਾਵਾਂਗੇ ਅਸੀਂ ਉਹਨਾਂ ਖਾਸ ਲੋਕਾਂ ਦੀ ਜ਼ਿੰਦਗੀ ਪੰਜਾਬ ਦੇ ਹਰ ਹਰਫ ਦੇ ਹਰ ਪੰਨੇ ਦੇ ਉੱਤੇ ਛਾਪਣ ਦੀ ਕੋਸ਼ਿਸ਼ ਕਰਾਂਗੇ ਔਰ ਖਾਸ ਇਸ ਦੇ ਨਾਲ ਨਾਲ ਕਿ ਜਿੰਨੇ ਵੀ ਪੰਜਾਬੀ ਸਾਡੇ ਇਸ ਰੇਡੀਓ ਨੂੰ ਚਾਹੁੰਦੇ ਨੇ ਇਸ ਰੇਡੀਓ ਨੂੰ ਸੁਣਦੇ ਨੇ ਉਹਨਾਂ ਦੇ ਲਈ ਅਸੀਂ ਖਾਸ ਜੇ ਪ੍ਰੋਗਰਾਮ ਰੱਖਾਂਗੇ ਜਿਸ ਦੇ ਤਹਿਤ ਉਹਨਾਂ ਦੀਆਂ ਮੁਲਾਕਾਤਾਂ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਈਆਂ ਜਾਣਗੀਆਂ ਪੰਜਾਬੀਆਂ ਤੱਕ ਪਹੁੰਚਾਈਆਂ ਜਾਣਗੀਆਂ ਜਾਂ ਫਿਰ ਵਿਸ਼ਵ ਦੇ ਅਲੱਗ-ਅਲੱਗ ਵਸਦੇ ਕੋਨਿਆਂ ਦੇ ਵਿੱਚ ਉਹਨਾਂ ਦੀ ਗੱਲਬਾਤ ਹੈ ਜਿਹੜੀ ਉਹ ਪਹੁੰਚਾਈ ਜਾਏਗੀ ਦੁਬਈ ਦੇ ਵਿੱਚ ਵਸਦੇ ਜਿੰਨੇ ਵੀ ਮੇਰੇ ਭਰਾ ਨੇ ਉਹ ਐਸਮੈਂਟ ਗੱਡੀਆਂ ਟਰੱਕਾਂ ਟਰਾਲਿਆਂ ਦੇ ਨਾਲ ਜੁੜੇ ਹੋਏ ਨੇ ਔਰ ਉਹਨਾਂ ਟਰਾਲਿਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ ਇਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਰੇਡੀਓ ਪੰਜਾਬੀ ਦੁਬਈ ਤੋਂ ਤੁਹਾਡੇ ਤੱਕ ਪਹੁੰਚਾਈਏ ਹੁਣ ਗੱਲ ਕਰਦੇ ਹਾਂ ਕਿ ਸਾਡਾ ਮੇਨ ਮੁੱਖ ਮਕਸਦ ਕੀ ਹੈ ਰੇਡੀਓ ਦਾ ਦੇਖੋ ਜੀ ਅਸੀਂ ਜਦੋਂ ਆਪਣੇ ਪੰਜਾਬ ਨੂੰ ਅਲਵਿਦਾ ਕਹਿ ਕੇ ਵਿਦੇਸ਼ ਦੀ ਧਰਤੀ ਦੇ ਉੱਤੇ ਆ ਕੇ ਵਸਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਫਿਰ ਉੱਥੇ ਆ ਕੇ ਅਸੀਂ ਦਿਨ ਰਾਤ ਅਣਥਕ ਮਿਹਨਤਾਂ ਕਰਦੇ ਹਾਂ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਨੂੰ ਸਾਡੀ ਮਿੱਟੀ ਦੀ ਖੁਸ਼ਬੂ ਹੈ ਜਿਹੜੀ ਉਹ ਕੋਈ ਵਾਪਸ ਲਿਆ ਦੇਵੇ ਸੋ ਇਹ ਜਿਹੜੀ ਮਿੱਟੀ ਦੀ ਖੁਸ਼ਬੂ ਹੈ ਜੀ ਉਸੇ ਨੂੰ ਵਾਪਸ ਲੈ ਕੇ ਆਵਾਂਗੇ ਰੇਡੀਓ ਪੰਜਾਬੀ ਤੁਹਾਈ ਤੋਂ ਜੀ ਹਾਂ ਅਸੀਂ ਕਈ ਵਾਰੀ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਮਾਪਿਆਂ ਤੋਂ ਦੂਰ ਹੋ ਜਾਂਦੇ ਹਾਂ ਸੋ ਉਹਨਾਂ ਮਾਪਿਆਂ ਦੇ ਨਾਲ ਤੁਹਾਡੀ ਰੂਬਰੂ ਮੁਲਾਕਾਤ ਕਰਵਾਵਾਂਗੇ ਕਿਉਂਕਿ ਦੇਖੋ ਮਾਪਿਆਂ ਉੰਦੀ ਗੱਲ ਜਦੋਂ ਆਉਂਦੀ ਆ ਨਾ ਤਾਂ ਅੱਖਾਂ ਦੇ ਵਿੱਚ ਪਾਣੀ ਵੀ ਆ ਜਾਂਦਾ ਹੈ ਕਿਉਂਕਿ ਅਕਸਰ ਅਸੀਂ ਜਦੋਂ ਮਾਪਿਆਂ ਨੂੰ ਯਾਦ ਕਰਦੇ ਆ ਉਦੋਂ ਸਾਡੇ ਜ਼ਿਹਨ ਦੇ ਵਿੱਚ ਇਹ ਆਉਂਦਾ ਹੈ ਕਿ ਯਾਰ ਕਾਸ਼ ਜਿੰਨੀ ਕੁ ਮੈਂ ਇੱਥੋਂ ਕਮਾਈ ਕਰਦਾ ਨਾ ਸਾਰੀ ਮਾਪਿਆਂ ਦੇ ਲਈ ਪੇਜ ਦਵਾ ਪਰ ਜਦੋਂ ਗੱਲ ਆ ਜਾਂਦੀ ਹੈ ਪਰਿਵਾਰਾਂ ਦੀ ਤੇ ਫਿਰ ਉੱਥੇ ਜਾ ਕੇ ਬੰਦਾ ਬੇਵੱਸ ਮਜਬੂਰ ਹੋ ਜਾਂਦਾ ਹੈ ਖੈਰ ਹੁਣ ਜਿਹੜੇ ਮੇਰੇ ਵੀਰ ਵਿਆਹੇ ਨੇ ਉਹ ਕੁਝ ਹੋਰ ਸੋਚਦੇ ਨੇ ਜਿਹੜੇ ਕੁਵਾਰੇ ਆ ਉਹ ਕੁਝ ਹੋਰ ਸੋਚਦੇ ਨੇ ਸੋ ਜਿਹੜੇ ਤੁਹਾਡੇ ਦਿਲ ਦੀ ਗੱਲ ਹੋਊਗੀ ਨਾ ਇਹ ਅਸੀਂ ਰੇਡੀਓ ਪੰਜਾਬੀ ਦੁਬਈ ਤੋਂ ਤੁਹਾਡੇ ਘਰਾਂ ਤੱਕ ਪਹੁੰਚਾਵਾਂਗੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕੀ ਤੁਸੀਂ ਦਿਲ ਦੀ ਗੱਲ ਰੱਖਣਾ ਚਾਹੁੰਦੇ ਹੋ ਸੋ ਮੈਂ ਤੁਹਾਡਾ ਆਪਣਾ ਦੋਸਤ ਵਾਰਿਸ ਤੇ ਮੇਰੇ ਨਾਲ ਭਾਈ ਗੇਜ ਜੀ ਇਹ ਵੀ ਸਾਡੇ ਨਾਲ ਜੁੜਨਗੇ ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਇਸ ਤੋਂ ਇਲਾਵਾ ਗੁਰਵਿੰਦਰ ਸਿੰਘ ਇਹ ਵੀ ਸਾਡੇ ਇਸ ਪ੍ਰੋਗਰਾਮਾਂ ਦਾ ਹਿੱਸਾ ਬਣਨਗੇ ਸੋ ਮੈਂ ਤਾਂ ਤੁਹਾਡਾ ਆਪਣਾ ਦੋਸਤ ਕਬੀਰ ਤੁਹਾਡੇ ਨਾਲ ਹਮੇਸ਼ਾ ਬਣਿਆ ਹੀ ਰਹਾਂਗਾ ਔਰ ਜੁੜਿਆ ਵੀ ਰਹਾਂਗਾ ਰੇਡੀਓ ਪੰਜਾਬੀ ਦੁਬਈ ਤੋਂ ਸੋ ਅਸੀਂ ਕੁਝ ਗੁਸਤਾਖੀਆਂ ਫੇਰ ਤੋਂ ਉਹਦੇ ਲਈ ਮਾਫੀ ਮੰਗਦੇ ਹਾਂ ਕਿ ਸਾਡੀ ਜਿਹੜੀ ਐਪਲੀਕੇਸ਼ਨ ਸੀਗੀ ਰੇਡੀਓ ਦੀ ਖਾਸ ਕਰਕੇ ਰੇਡੀਓ ਪੰਜਾਬੀ ਦੁਬਈ ਦੀ ਉਹਨੂੰ ਅਸੀਂ ਕਿਸੇ ਮਜਬੂਰੀ ਵਸ ਦੇ ਵਿੱਚ ਲਾਂਚ ਨਹੀਂ ਕਰ ਪਾਰੇ ਸੋ ਬਹੁਤ ਜਲਦ ਅਸੀਂ ਤੁਹਾਡੇ ਲਈ ਇਹ ਐਪ ਵੀ ਲਾਂਚ ਕਰ ਦਵਾਂਗੇ ਔਰ ਇਹਦੇ ਨਾਲ ਨਾਲ ਮੈਂ ਦੱਸ ਦਵਾਂ ਕਿ ਇਸ ਐਪ ਨੂੰ ਤੁਸੀਂ 24x7 ਸਾਰੇ ਪ੍ਰੋਗਰਾਮਾਂ ਦੇ ਤਹਿਤ ਸੁਣ ਸਕੋਗੇ ਉਹਦੇ ਵਿੱਚ ਨਰੋਲ ਤੁਹਾਡੀਆਂ ਮੁਲਾਕਾਤਾਂ ਨਰੋਲ ਤੁਹਾਡੇ ਪੰਜਾਬੀ ਗੀਤ ਔਰ ਨਰੋਲ ਤੁਹਾਡੇ ਦਿਲ ਦੀਆਂ ਗੱਲਾਂ ਜੀ ਹਾਂ ਪੰਜਾਬ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਈਆਂ ਜਾਣਗੀਆਂ ਸੋ ਮੇਰੇ ਦੋਸਤ ਜਿੰਨੇ ਵੀ ਮੈਨੂੰ ਸੁਣ ਰਹੇ ਨੇ ਦੇਖ ਰਹੇ ਨੇ ਰੇਡੀਓ ਦबई ਪੰਜਾਬੀ ਦੇ ਨਾਲ ਜੁੜੇ ਰਹੋ ਔਰ ਆਪਣੇ ਦਿਲ ਦੀ ਗੱਲ ਸਾਡੇ ਤੱਕ ਪਹੁੰਚਾਉਂਦੇ ਰਹੋ ਸੋ ਬਹੁਤ ਜਲਦ ਤੁਹਾਡੇ ਨਾਲ ਖਾਸ ਜੇ ਪਲੇਟਫਾਰਮ ਤੇ ਤੁਹਾਡੇ ਨਾਲ ਜੁੜਾਂਗੇ ਔਰ ਖਾਸ ਗੱਲ ਇੱਥੇ ਮੈਂ ਤੁਹਾਨੂੰ ਹੋਰ ਵੀ ਦੱਸਦਾ ਬਹੁਤ ਪੰਜਾਬੀ ਵੀਰ ਇਹ ਵੀ ਸੋਚਦੇ ਨੇ ਕਿ ਅਸੀਂ ਦबई ਪਹੁੰਚੀਏ ਕਿਵੇਂ ਦबई ਦੇ ਵਿੱਚ ਆ ਕੇ ਰੋਜ਼ਗਾਰ ਕਿਵੇਂ ਸ਼ੁਰੂ ਕਰੀਏ ਤਾਂ ਉਹਦੇ ਲਈ ਇੱਕ ਖਾਸ ਜਿਹਾ ਉਪਰਾਲਾ ਸਾਡੇ ਪੰਜਾਬੀ ਵੀਰਾਂ ਦੇ ਲਈ ਐਸੇ ਰੇਡੀਓ ਪਲੈਟਫਾਰਮ ਤੋਂ ਸ਼ੁਰੂ ਕਰਾਂਗੇ ਜਿਸ ਦੇ ਤਹਿਤ ਤੁਸੀਂ ਬਹੁਤ ਜ਼ਿਆਦਾ ਇੱਕ ਨੋਮੀਨਲ ਖਰਚਾਂ ਦੇ ਉੱਤੇ ਜਾਨੀ ਕਿ ਖੁਦ ਆਪਣੇ ਪੈਰਾਂ ਦੇ ਬਲਬੂਤੇ ਤੁਸੀਂ ਦੁਬਈ ਦੇ ਵਿੱਚ ਪਹੁੰਚ ਸਕਦੇ ਹੋ ਔਰ ਆਪਣੇ ਆਪ ਨੂੰ ਇੱਥੇ ਐਸਟੈਬਲਿਸ਼ ਕਰ ਸਕਦੇ ਹੋ ਸੋ ਇਹਦੇ ਸਬੰਧ ਦੇ ਵਿੱਚ ਵੀ ਤੁਹਾਡੇ ਨਾਲ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਦੇ ਰਹਾਂਗੇ ਸੋ ਅੱਜ ਦਾ ਇਹ ਪ੍ਰੋਗਰਾਮ ਜੀ ਜਿਹੜਾ ਰੇਡੀਓ ਪੰਜਾਬੀ ਦੁਬਈ ਤੋ ਚੱਲ ਗਏ ਸੀ ਔਰ ਤੁਹਾਡੇ ਨਾਲ ਜੁੜਿਆ ਹੋਇਆ ਸੀ ਵਾਰਿਸ ਜੀहां ਰੇਡੀਓ ਦੁਬਈ ਤੋਂ ਤੇ ਹੁਣ ਇਹ ਗੱਲ ਥੋੜੀ ਜੀ ਗੱਲ ਕਰਦੇ ਆਂ ਪੰਜਾਬ ਦੀ ਤਾਂ ਕਿ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਅਸੀਂ ਕੁਝ ਮਿਸ ਨਾ ਕਰਦੀਏ ਹਾਂ ਪੰਜਾਬ ਦੀ ਗੱਲ ਜਦੋਂ ਆਉਂਦੀ ਹੈ ਤੇ ਉਹਦੇ ਵਿੱਚ ਪੰਜਾਬੀਅਤ ਪੰਜਾਬੀਅਤ ਦਾ ਖੂਨ ਪੰਜਾਬ ਦੀਆਂ ਗੱਲਾਂ ਸਾਡਾ ਵਿਰਸਾ ਸਾਡਾ ਕਲਚਰ ਨਾ ਯਾਦ ਕਰੀਏ ਤਾਂ ਸ਼ਾਇਦ ਉਹ ਪੰਜਾਬੀ ਅਧੂਰਾ ਹੈ ਜੀहां ਮੈਂ ਤੁਹਾਨੂੰ ਦੱਸ ਦੇਵਾਂ ਕਿ ਕਈ ਇਨਸਾਨ ਅਜਿਹੇ ਹੁੰਦੇ ਨੇ ਉਹ ਇਸ ਕਰਕੇ ਵਿਦੇਸ਼ਾਂ ਦੀ ਧਰਤੀਆਂ ਤੋਂ ਕੈਨੇਡਾ ਅਮਰੀਕਾ ਹੋਰ ਬਹੁਤ ਸਾਰੀਆਂ ਧਰਤੀਆਂ ਤੋਂ ਆਪਣੇ ਦੇਸ਼ ਪਰਤ ਜਾਂਦੇ ਨੇ ਪੰਜਾਬ ਨੂੰ ਉਹ ਇਹ ਕਹਿੰਦੇ ਨੇ ਕਿ ਸਾਡਾ ਜੀ ਨਹੀਂ ਲੱਗਿਆ ਸਾਡਾ ਮਨ ਨਹੀਂ ਲੱਗਿਆ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਛੋਟੀ ਜੀ ਗੱਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਕੇ ਜਾਊਂਗਾ ਉਸ ਤੋਂ ਬਾਅਦ ਅਸੀਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਾਂਗੇ ਫਿਰ ਤੁਹਾਡੇ ਨਾਲ ਜਲਦ ਮਿਲਣ ਦੇ ਵਾਅਦੇ ਦੇ ਨਾਲ ਦੁਬਾਰਾ ਫੇਰ ਪਰਤਾਂਗੇ ਮੈਂ ਗੱਲ ਕਰਦਾ ਸੱਭਿਆਚਾਰ ਦੀ ਪੰਜਾਬ ਦੀ ਮੈਂ ਬੜਾ ਨਿੱਕਾ ਜਿਹਾ ਹੁੰਦਾ ਸੀ ਤਾਂ ਉਦੋਂ ਜਦੋਂ ਮੈਨੂੰ ਸ਼ਾਇਦ ਚੱਲਣੇ ਦਾ ਤੁਰਨੇ ਦਾ ਵੱਲ ਵੀ ਨਹੀਂ ਸੀ ਤਾਂ ਉਦੋਂ ਮੇਰੇ ਪਿਤਾ ਜੀ ਨੇ ਮੈਨੂੰ ਪਹਿਲੇ ਡੰਡੇ ਤੇ ਜਿਸ ਦੇ ਉੱਤੇ ਇੱਕ ਛੋਟੀ ਜੀ ਸੀਟ ਵੀ ਨਹੀਂ ਹੁੰਦੀ ਸੀ ਜੀ ਹਾਂ ਇਹ ਸੀਟ ਦੀ ਜਗ੍ਹਾ ਇੱਕ ਤੌਲੀਏ ਦਾ ਕੱਪੜਾ ਸੀਗਾ ਜਿਹੜਾ ਉਸ ਨੂੰ ਲਪੇਟਿਆ ਜਾਂਦਾ ਸੀ ਮੈਂ ਉਸ ਤੇ ਬੈਠ ਜਾਂਦਾ ਤੇ ਮੇਰਾ ਪਿਤਾ ਮੈਨੂੰ ਤਕਰੀਬਨ ਤਕਰੀਬਨ 10 ਸਫਰ ਤੈ ਕਰਕੇ ਇੱਕ ਛੋਟੇ ਜਿਹੇ ਸ਼ਹਿਰ ਇੱਕ ਕਸਬੇ ਦੇ ਵਿੱਚ ਲੈ ਜਾਂਦਾ ਤੇ ਉੱਥੇ ਕੁਝ ਬਹੁਤੀਆਂ ਚੀਜ਼ਾਂ ਸੀਗੀਆਂ ਨਾ ਜਿਹੜੀਆਂ ਉਹ ਬਹੁਤੀਆਂ ਖਾਣ ਨੂੰ ਤਾਂ ਨਹੀਂ ਹੁੰਦੀਆਂ ਸੀ ਜਿਵੇਂ ਕਿ ਹੁਣ ਅਸੀਂ ਪੀਜ਼ਾ ਸ਼ਾਪਸ ਨੇ ਜਾਂ ਫਿਰ ਰੈਸਟੋਰੈਂਟ ਤੋਂ ਇਲਾਵਾ ਹੋਰ ਵੀ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਫੂਡ ਸਟਾਲਸ ਨੇ ਸਾਨੂੰ ਮਿਲ ਜਾਂਦੀਆਂ ਨੇ ਉਦੋਂ ਅਜਿਹਾ ਕੁਝ ਨਹੀਂ ਸੀ ਤਾਂ ਮੈਂ ਕਲਚਰ ਦੇ ਹਿਸਾਬ ਦੇ ਹਿਸਾਬ ਦੇ ਨਾਲ ਸ਼ਹਿਰ ਦੇ ਵਿੱਚੋਂ ਕੁਝ ਨਹੀਂ ਖਰੀਦਦਾ ਸੀ ਤੇ ਜਦੋਂ ਘਰੇ ਵਾਪਸ ਆਉਣਾ ਤੇ ਸਾਡੇ ਆਮ ਕਰਕੇ ਮਾਲਵਾ ਇਲਾਕੇ ਦੇ ਵਿੱਚ ਨਰਮਾ ਤੇ ਕਪਾਹ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਮੇਰੇ ਜਿਹੜੇ ਪਿਤਾ ਜੀ ਸੀਗੇ ਉਹਨਾਂ ਤੋਂ ਮੈਂ ਅੱਖ ਦਬਾ ਕੇ ਥੋੜਾ ਜਿਹਾ ਨਰਮਾ ਜੇਬ 'ਚ ਪਾ ਕੇ ਆਪਣੇਸ ਤਕਰੀਬਨ ਤਕਰੀਬਨ ਜਦੋਂ ਮੈਂ ਤੀਜੀ 'ਚ ਚਲਾ ਗਿਆ ਉਦੋਂ ਖੈਰ ਇੰਨੀ ਅਕਲ ਤਾਂ ਨਹੀਂ ਹੁੰਦੀ ਸੀ ਬੰਦੇ ਨੂੰ ਤਾਂ ਮੈਂ ਉਸ ਨਰਮੇ ਨੂੰ ਪਾ ਕੇ ਫੁੱਟੀਆਂ ਨਰਮੇ ਦੀਆਂ ਫੁੱਟੀਆਂ ਜੇਬ 'ਚ ਪਾ ਕੇ ਦੁਕਾਨ ਤੇ ਲੈ ਗਿਆ ਉਸ ਦੁਕਾਨ ਤੇ ਜਾ ਕੇ ਮੈਂ ਉਹਨੂੰ ਕਿਹਾ ਕਿ ਬਾਬਾ ਜੀ ਮੈਨੂੰ ਤੁਸੀਂ ਥੋੜੀ ਜਿਨਾ ਗੱਚਕ ਦੇ ਦੋ ਤਾਂ ਬਾਬਾ ਮੈਨੂੰ ਬੜੀ ਖੁਸ਼ੀ-ਖੁਸ਼ੀ ਉਹਨਾਂ ਥੋੜੇ ਜੇ ਪੈਸਿਆਂ ਦੇ ਬਦਲੇ ਦੇ ਵਿੱਚ ਤਿੰਨ ਚਾਰ ਟੁਕੜੇ ਗੱਚਕ ਦੇ ਦੇ ਦਿੰਦਾ ਤੇ ਨਾਲ ਮੈਨੂੰ ਇਹ ਵੀ ਕਹਿ ਦਿੰਦਾ ਅਗਲੀ ਵਾਰੀ ਨੂੰ ਨਰਮਾ ਵੱੱਦ ਲੈ ਕੇ ਆਈ ਸੋ ਕਲਚਰ ਦਾ ਹਿੱਸਾ ਹੈਗਾ ਸਾਡਾ ਖਾਣਾ ਪੀਣਾ ਅਗਲੀ ਗੱਲ ਜਿਹੜੀ ਤੁਹਾਨੂੰ ਹੋਰ ਦੱਸਣ ਜਾ ਰਿਹਾ ਮੈਂ ਬੜਾ ਨਿੱਕਾ ਜਿਹਾ ਹੁੰਦਾ ਤੇ ਸਾਡੇ ਬਾਪੂ ਜੀ ਦਾਦਾ ਜੀ ਸੀਗੇ ਜਿਹੜੇ ਉਹ ਕੋੜੀ ਰੱਖਦੇ ਹੁੰਦੇ ਸੀਗੇ ਤਾਂ ਉਹ ਮੈਨੂੰ ਅਕਸਰ ਆਪਣੀ ਘੋੜੀ ਤੇ ਸਕੂਲ ਛੱਡ ਕੇ ਆਉਂਦੇ ਸੀ ਅੱਜ ਦੇ ਦਿਨ ਦੇ ਵਿੱਚ ਜੇ ਗੱਲ ਕਰੀਏ ਸਾਡੇ ਬੱਚਿਆਂ ਕੋਲੇ ਬਹੁਤ ਸਾਰੇ ਸਾਧਨ ਨੇ ਸਕੂਲ ਜਾਣ ਦੇ ਲਈ ਸਕੂਲ ਬੈਂਸ ਸਕੂਲ ਬੱਸਾਂ ਔਰ ਇਵਨ ਕਿ ਤੁਸੀਂ ਦੇਖੋਗੇ ਕਿ ਉਹਨਾਂ ਕੋਲੇ ਪ੍ਰਾਈਵੇਟ ਵਾਹਨ ਵੀ ਨੇ ਆਪਣੀਆਂ ਗੱਡੀਆਂ ਅਸੀਂ ਖੁਦ ਮਤਲਬ ਮੈਂ ਅੱਜ ਦੇ ਪੇਰੈਂਟਸ ਆ ਜਾਂ ਮੈਂ ਇੱਕ ਪਿਤਾਗਾ ਤਾਂ ਮੈਂ ਵੀ ਆਪਣੇ ਬੱਚੇ ਨੂੰ ਆਪਣੀ ਗੱਡੀ ਤੇ ਛੱਡ ਕਉਣਾ ਪਰ ਸਾਡੇ ਸਮਿਆਂ ਦੇ ਵਿੱਚ ਅਜਿਹੇ ਕੋਈ ਸਾਧਨ ਨਹੀਂ ਸੀਗੇ ਅਸੀਂ ਤੁਰ ਕੇ ਸਕੂਲ ਜਾਂਦੇ ਸੀ ਜਾਂ ਫਿਰ ਬਹੁਤੀ ਵਾਰੀ ਦਾਦਾ ਕਈ ਵਾਰੀ ਖੁਸ਼ ਹੁੰਦਾ ਨਾ ਕਿ ਚੱਲ ਵੀ ਮੇਰਾ ਪੋਤਾ ਅੱਜ ਤੁਰ ਕੇ ਬਾ ਜਾਵੇ ਤਾਂ ਉਹ ਮੈਨੂੰ ਘੋੜੀ ਤੇ ਸਕੂਲ ਛੱਡਣ ਜਾਇਆ ਕਰਦੇ ਸੀ ਸੋ ਅਜਹੀਆਂ ਕੁਝ ਯਾਦਾਂ ਅਸੀਂ ਰੇਡੀਓ ਦੁਬਈ ਪੰਜਾਬੀ ਦੇ ਇਸ ਮੰਚ ਤੋਂ ਸਾਂਝੀਆਂ ਕਰਾਂਗੇ ਸੋ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਗੱਲਾਂ ਕਰਦੇ ਰਹੋ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੁੜਾਂਗੇ ਫੇਰ ਕਰਾਂਗੇ ਗੱਲਾਂ